ਮੰਮੀ ਤੁਹਾਡੇ ਵਾਲੇ ਵੀ ਹਾਦੀ ਹੋ ਗਈ ਆ ਕੱਲ ਤੁਸੀਂ ਮੈਨੂੰ ਕਹਿੰਦੇ ਸੀ ਕਿ ਕਿਰਨ ਮੇਰੇ ਨਾਲ ਸਾਰਾ ਦਿਨ ਲੜਦੀ ਆ ਤੇ ਜੇ ਅੱਜ ਹੁਣ ਉਹ ਚੁੱਪ ਖਲੋਤੀ ਆ ਤੇ ਤੁਸੀਂ ਕਹਿੰਦੇ ਜੇ ਮੇਰੇ ਵੱਲ ਵੇਖ ਕੇ ਘੂਰੀਆਂ ਕੱਢਦੀ ਆ ਹੁਣ ਤੁਹਾਨੂੰ ਕਿਰਨ ਦੇ ਚੁੱਪ ਰਹਿਣ ਤੇ ਵੀ ਕੋਈ ਦਿੱਕਤ ਆ ਬੱਲੇ ਵੇ ਤੇਰੇ ਮਾਮੂਰੇ ਬੱਬਰ ਸ਼ੇਰ ਤੇ ਜਨਾਨੀ ਮੂਰੇ ਬਿੱਲੀ ਬਣ ਜਾਂ ਨਾ ਮੰਮੀ ਤੁਸੀਂ ਕੀ ਚਾਉਂਦੇ ਜੇ ਮੈਂ ਕਿੰਨੂੰ ਰੋਜ਼ ਕੁੱਟਿਆ ਕਰਾਂ ਆਲੋ ਫੜੋ 20000 ਤੇ ਚਾਹਲੋ ਵਾਲੋ ਜਾ ਕੇ ਦੰਦ ਆਪਣੇ ਮੈਨੂੰ 5000 ਰੁਪਈਆ ਹੋਰ ਲਿਆ ਕੇ ਦੇ ਨਵੇਂ ਦੰਦ ਲਵਾਉਣ ਤੋਂ ਪਹਿਲਾਂ ਪੁਰਾਣੇ ਦੰਦ ਕਟਾਉਣੇ ਪੈਂਦੇ ਆ ਤੇ ਮੈਨੂੰ 5000 ਆਫ ਤਾਂ ਮੈਨੂੰ ਤੇਰੇ ਬੈਨ ਤੇ ਨਹੀਂ ਆਈ ਇਹਦੇ ਬੈਨ ਤੇ ਆਈ ਜਿਹੜੀ ਮੋਢੇ ਨਾ ਮੋਢਾ ਜੋੜ ਕੇ ਤੇਰੇ ਨਾਲ ਬੈਠੀ ਆ ਤਿੰਨ ਚਾਰ ਸਾਲ ਤੁਹਾਡੇ ਵਿਆਹ ਨੂੰ ਹੋ ਗਿਆ ਤੇ ਤੁਸੀਂ ਤੇ ਐਉਂ ਬੈਠੇ ਜਿਵੇਂ ਨਵੀਂ ਵਿਆਹ ਕੇ ਲੈਂਦੀ ਹੁੰਦੀ ਆ ਮੰਮੀ ਮੇਰੀ ਸੁਣੋ ਗੱਲ ਤੁਸੀਂ ਦੰਦ ਕਢਵਾ ਕੇ ਆਏ ਜੇ ਤੇ ਡਾਕਟਰ ਨੇ ਤੁਹਾਨੂੰ ਇੰਨੀ ਗੱਲ ਨਹੀਂ ਕਹੀ ਕਿ ਦੋ ਤਿੰਨ ਘੰਟੇ ਬੋਲਣਾ ਨਹੀਂ ਹੈਗਾ ਮੰਮੀ ਲਾਏ ਜੀ 20000 ਕਿਉਂ ਮੈਂ ਤੇਰੀ ਰੀਸ ਕਿਉਂ ਨਹੀਂ ਕਰ ਸਕਦੀ ਅੱਛਾ ਫਿਰ ਮੇਰੇ ਵਾਂਗ ਲਾਲਜਾ ਗੁਲਾਬੀ ਸੂਟ ਪਾ ਕੇ ਨਾ ਪੋਨੀ ਕਰਕੇ ਵਿਖਾਉ ਨਹੀਂ ਤੂੰ ਬੋਲ ਨਾ ਬੋਤਾ ਤੇਰੀ ਮਾਂ ਪੋਨੀ ਕਰਦੀ ਆ ਪਹਿਲਾਂ ਆਪਣੀ ਮਾਂ ਦੀ ਪੋਨੀ ਕਰਾ ਤੇ ਫਿਰ ਮੈਂ ਵੀ ਮੰਮੀ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਤੂੰ ਹੀ ਮੇਰੀ ਮਾਂ ਨੂੰ ਵਿੱਚ ਨਾ ਲੈ ਕੇ ਆਇਆ ਕਰੋ। ਉਹ ਤੂੰ ਹੀ ਕੀ ਫੇਰ ਨਵੇਂ ਸਿਆਪਾ ਪਾ ਕੇ ਬੈਠੀਆਂ ਜੇ ਕਦੇ ਤੇ ਚੁੱਪ ਕਰ ਜਾਇਆ ਕਰੋ। ਐਦਾਂ ਗੱਲ ਨਹੀਂ ਬਾਨੀ। ਇੱਕ ਦੂਜੀ ਦੀਆਂ ਗੁੱਤਾਂ ਫੜੋ ਤੇ ਵੇੜੇ ਦੇ ਵਿੱਚ ਕਿਹੜੀ ਸੋਇ ਇੱਕ ਦੂਜੀ ਨੂੰ। ਫੇਰ ਗੱਲ ਬਾਨੀ ਆ ਨਾਲੇ ਲੋਕਾਂ ਨੂੰ ਪਤਾ ਲੱਗੂਗਾ। ਦੱਸ ਸ਼ਾਬਾਸ਼ੇ ਤੇਰੇ। ਤੂੰ ਇਹਨੂੰ ਕੁਝ ਨਾ ਕਿਹਾ ਕਰ ਤੇ ਮੇਰੇ ਦਿਵਾਲੇ ਹੋ ਜਾਇਆ ਕਰ। ਮੰਮੀ ਮੈਂ ਕਈ ਤੇ ਜਾਂਦਾ ਆ। ਹੋਰ ਦੱਸੋ ਕੀ ਮੈਂ ਡਾਂਗਾ ਮਾਰਾਂ ਕਿੰਨਾਂ ਨੂੰ? ਮੈਂ ਤੁਹਾਨੂੰ ਕੱਲੀ ਨੂੰ ਨਹੀਂ ਕਹਿੰਦਾ। ਮੈਂ ਤੁਹਾਨੂੰ ਦੋਵਾਂ ਨੂੰ ਕਹਿਣ ਡਿਆ ਆ। ਆਹੋ ਇਹੋ ਤੇ ਗੱਲ ਆ ਤੂੰ ਮੈਨੂੰ ਵੀ ਨਾਲ ਕਹਿਣਾ ਵਾ ਜੇ ਤੂੰ ਇਹਨੂੰ ਕੱਲੀ ਨੂੰ ਚੰਗੀ ਤਰ੍ਹਾਂ ਮੱਤ ਦੇਵੇਂ ਨਾ ਤੇ ਇਹਦੀ ਕੀ ਜ਼ਰਤ ਹੈ ਮੇਰੇ ਸਾਹਮਣੇ ਬੋਲਣ ਦੀ ਪਰ ਇਹਨੂੰ ਜਦੋਂ ਤੂੰ ਹੀ ਨਹੀਂ ਕੁਝ ਕਹਿੰਦਾ ਇਹਨੂੰ ਤੇ ਆਪੇ ਖੁੱਲ ਮਿਲਣੀ ਆ ਇਹ ਸਾਰਾ ਦਿਨ ਮੇਰੇ ਨਾਲ ਆਡਾ ਲਈ ਰੱਖਦੀ ਆ ਇਹਨੂੰ ਤੇ ਭੋਰਾ ਅਕਲ ਨਹੀਂ ਵੱਡੇ ਛੋਟੇ ਨਾਲ ਬੋਲਣ ਦੀ ਮੰਮੀ ਮੈਨੂੰ ਲੱਗਦਾ ਤੂੰ ਹੀ ਮੇਰਾ ਘਰ ਨਹੀਂ ਵਸਣ ਦੇਣਾ ਇਹ ਤੇ ਫਿਰ ਜਾਣ ਬੁਝ ਕੇ ਤੰਗ ਕਰਨ ਵਾਲੀ ਗੱਲ ਹੋਈ ਨਾ ਫਿਰ ਨਾ ਮੈਂ ਅਦਾਸ ਤੈਨੂੰ ਕੀ ਤੰਗ ਕਰਦੀ ਆ ਨਾ ਸਾਰਾ ਦਿਨ ਤੇ ਮੰਮੀ ਤੁਸੀਂ ਕਿਰਨ ਨੂੰ ਘੋਟ ਪਾਉਣ ਨੂੰ ਫਿਰਦੇ ਰਹਿੰਦੇ ਜੇ ਹੋਰ ਦੱਸੋ ਇਹ ਤੋਂ ਵੱਧ ਕੀ ਤੰਗ ਕਰਨਾ ਤੁਸੀਂ ਵਾਹ ਵੇ ਪੁੱਤ ਤੇਰੇ ਤੂੰ ਸਾਰਾ ਦਿਨ ਤੀਵੀ ਦੇ ਗੋਣ ਗਾਈ ਜਾਇਆ ਕਰ ਵੇ ਤੈਨੂੰ ਮੈਂ ਕਿੰਨੀ ਔਖੀ ਹੋਹੋ ਪਾਲਿਆ ਪਰ ਤੈਨੂੰ ਉਹ ਦਿਨ ਕਿੱਥੇ ਯਾਦ ਹੋਣਾ ਹੁਣ ਤੇ ਤੂੰ ਤੀਵੀ ਦੀਵੇਂ ਮੰਨਣੀਆਂ ਵਾ ਮੰਮੀ ਨਾ ਤੇ ਮੈਂ ਕਿਸ ਦੀ ਮੰਨਦਾ ਆ ਤੇ ਨਾ ਹੀ ਮੈਂ ਕਿਸ ਦੀ ਸੁਣਦਾ ਆ ਮੈਂ ਹਮੇਸ਼ਾ ਅੱਖੀ ਵੇਖੀ ਤੇ ਕੰਨੀ ਸੁਣੀ ਗੱਲ ਦਾ ਯਕੀਨ ਕਰਦਾ ਆ ਮੈਂ ਕਿਰਨ ਦੇ ਮਗਰ ਲਾ ਕੇ ਕੁਝ ਨਹੀਂ ਕਹਿੰਦਾ ਕਿਸੇ ਨੂੰ ਜੇ ਮਗਰ ਤੇ ਤੂੰ ਲੱਗਦਾ ਆ ਮੰਨ ਭਾਵੇਂ ਨਾ ਮੰਨ બસ ਕਰ ਜੋ ਮੰਮੀ ਜੀ ਮੈਂ ਥੱਕ ਚੁੱਕਾ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਜੇ ਸੱਚ ਪੁੱਛੋ ਨਾ ਮੇਰਾ ਘਰੇ ਆਉ ਨੂੰ ਦਿਲ ਨਹੀਂ ਕਰਦਾ ਦਿਲ ਕਰਦਾ ਆ ਕਿ ਮੈਂ ਰਾਤ ਦੇ ਪੈਲੀ 'ਚ ਹੀ ਗੁਜ਼ਾਰ ਲਾਂ ਜਦੋਂ ਘਰ ਆਉਣਾ ਨਾ ਤੁਸੀਂ ਡਰਾਮਾ ਸ਼ੁਰੂ ਕਰ ਦਿੰਦੀਆਂ ਜੇ ਇੱਕ ਉਤੋਂ ਪੈਲੀ ਦੇ ਵਿੱਚ ਅੱਗ ਵਾਰਨ ਢਈ ਆ ਤੇ ਜੇ ਮੈਂ ਘਰ ਆਉਣਾ ਥੱਕ ਹਾਰ ਕੇ ਤੇ ਅੱਗੋਂ ਆਉਂਦੇ ਨੇ ਤੁਸੀਂ ਕੋਲੇ ਮੰਗ ਤਬੀਆਂ ਹੁੰਦੀਆਂ ਜੇ ਬਸ ਕਰ ਪੁੱਤ ਮੈਨੂੰ ਪਤਾ ਤੂੰ ਕਿਹਦੀ ਬੋਲੀ ਬੋਲਦਾ ਵਾ ਇਹ ਕੱਲ ਮੈਨੂੰ ਕਹਿੰਦੀ ਸੀ ਮੇਰੇ ਵਾਂਗ ਪੂਨੀ ਕਾਰ ਤੇ ਲਾਲ ਗੁਲਾਬੀ ਸੂਟ ਪਾਲਾ ਕਿਉਂ ਇਹਨੇ ਇਦਾਂ ਕਿਉਂ ਗਿਆ ਕਹਿੰਦੀ ਹੀ ਦੰਦ ਤੇ ਤੂੰ ਲਵਾਈ ਲਏ ਆ ਤੇ ਨਾਲੇ ਹੁਣ ਪੋਨੀ ਕਰ ਲਾ ਤੇ ਸੂਟ ਵੀ ਪਾਲਾ ਲਾਲ ਰੰਗ ਦਾ ਦੰਦ ਮੈਂ ਕੀ ਲਵਾ ਲੈ ਨਵੇਂ ਤੇ ਮੇਰੇ ਪਿੱਛੇ ਹੀ ਪੈ ਗਈ ਆ ਕਿਰਨ ਇਹ ਗੱਲ ਸਹੀ ਏ ਮੰਮੀ ਵਾਲੀ ਤੂੰ ਮੰਮੀ ਨੂੰ ਕਿਹਾ ਸੀ ਪੋਨੀ ਕਰ ਲਾ ਤੇ ਲਾਲ ਗਲਾਬੀ ਸੂਟ ਪਾਲਾ ਨਾ ਵੋ ਤੂੰ ਮੈਂ ਮਜ਼ਾਕ ਕਰਦੀ ਹੀ ਵੇਖਿਆ ਪੁੱਤ ਮੰਨ ਗਈ ਨਾ ਇਹ ਤੂੰ ਤਾਂ ਮੇਰੀ ਗੱਲ ਦਾ ਯਕੀਨ ਨਹੀਂ ਕਰਦਾ ਨਾ ਕਿਰਨ ਇਹ ਦੱਸ ਕਿਦਾਂ ਦਾ ਮਜ਼ਾਕ ਹੋਇਆ ਨਾ ਵੋ ਉਹ ਤਾਂ ਮੈਂ ਵੈਸੇ ਦੰਦ ਵੇਖਿਆ ਪੁੱਤ ਇਨੇ ਮੇਰੇ ਤੰਦਾ ਕਰਕੇ ਸਾਰਾ ਕਲੇਸ਼ ਪਾਇਆ ਵਾ ਜਦੋਂ ਤੂੰ ਪੈਲੀ ਚ ਚਲ ਗਿਆ ਹਨਾ ਮੈਨੂੰ ਮਗਰੋਂ ਪਤਾ ਕੀ ਕਹਿੰਦੀ ਸੀ ਬੁੱਢੀ ਘੋੜੀ ਲਾ ਲਗਾਵਾ ਪੋਤੇ ਇਹ ਬਲਾ ਕਿੰਨੂ ਸੁਣਾਉਂਦੀ ਹੀ ਇਹ ਗੱਲ ਮੇਰੇ ਕਰਮਾ ਚ ਬੁੱਢੇ ਬਾਰੇ ਇਹੋ ਕੁਝ ਸੋਣ ਨੂੰ ਲਿਖਿਆ ਸੀ ਨਾ ਮੈਂ ਕੀ ਕਿਹਾ ਤੁਹਾਨੂੰ ਮੈਂ ਤੈਨੂੰ ਲੱਖ ਵਾਰ ਸਮਝਾਇਆ ਕਿ ਨਾਂ ਬੋਲਿਆ ਕਰ ਨਾਂ ਬੋਲਿਆ ਕਰ ਬੜੀ ਹੱਤ ਚੁੱਕੀ ਆ ਤੁਸੀਂ ਤੁਸੀਂ ਮੇਰਾ ਜੀਣਾ ਹਰਾਮ ਕਰ ਛੱਡਿਆ ਦੋਨਾਂ ਜਾਨੀਆਂ ਨੇ ਜੀਣਾ ਰੰਗਤ ਤੂੰ ਹੀ ਕੀਤਾ ਮੇਰਾ ਜਦੋਂ ਤੁਸੀਂ ਪਿਆਰੀ ਜੀ ਚੱਲ ਜਾਂਦੇ ਹੋ ਪਿੱਛੋਂ ਮੰਮੀ ਆੜਾ ਲਾ ਲੈਂਦੇ ਮੇਰੇ ਨਾਲ ਤੇ ਜਦੋਂ ਤੁਸੀਂ ਘਰ ਆਉਂਦੇ ਹੋ ਤੇ ਆਉਂਦੇ ਆ ਤੁਸੀਂ ਕੁੱਟਣਾ ਸਟਾਰਟ ਕਰ ਦਿੰਦੇ ਹੋ ਮੈਨੂੰ ਦੱਸੋ ਮੈਂ ਕਿੱਧਰ ਨੂੰ ਜਾਵਾਂ ਦੇਖ ਕਿਦਾਂ ਨਾਟਕ ਕਰਨ ਲਈ ਆ ਜੀਣਾ ਹਰਾਮ ਤੇ ਤੂੰ ਕੀਤਾ ਹੋਇਆ ਮੇਰਾ ਕਿਰਨ ਤੂੰ ਚੁੱਪ ਕਰਕੇ ਨਾ ਆਪਣਾ ਕੰਮ ਕਰੀ ਜਾਇਆ ਕਰ ਹੁਣ ਅੱਗੇ ਤੋਂ ਬਾਅਦ ਮੈਨੂੰ ਕੋਈ ਤੇਰੀ ਸ਼ਿਕਾਇਤ ਨਹੀਂ ਮਿਲਣੀ ਚਾਹੀਦੀ ਦੇਖੋ ਹੋਏ ਦੇ ਵੱਲ ਕੁੱਟ ਖਾ ਕੇ ਵੀ ਕਿਦਾਂ ਜਾਂਦੀ ਆ ਹਾਂ ਆਹੀ ਵੱਡੀ ਹੀਰੋਇਨ ਪੋਨੀ ਵਾਲੀ ਹੁੰਦਾ ਮੰਮੀ ਜੀ ਵਾਲੀ ਹਾਦੀ ਹੋ ਗਈ ਆ ਮੈਨੂੰ ਰੋਜ਼ ਨੱਤ ਘੁੱਟ ਪਾਉਂਦੇ ਆ ਉਤੋਂ ਨਾਲ ਉਹ ਵੀ ਮੰਮੀ ਦੀ ਬੋਲੀ ਬੋਲਦੇ ਆ ਮੇਰਾ ਤਾਂ ਹੁਣ ਸਾਹ ਘੁੱਟਦਾ ਇਸ ਘਰ ਵਿੱਚ ਸੱਪ ਨੂੰ ਇੱਕ ਸੱਸਾ ਹੁੰਦਾ ਵਾ ਤੇ ਸੱਸ ਨੂੰ ਦੋ ਸੱਸੇ ਹੁੰਦੇ ਆ ਤੇ ਇਹ ਗੱਲ ਬਿਲਕੁਲ ਸੱਚ ਆ ਮੇਰੀ ਸੱਸ ਤਾਂ ਸਭ ਤੋਂ ਵੀ ਭੈੜਾ ਡੰਗ ਮਾਰਦੀ ਆ ਆ ਭੈਣ ਦਾੰਦ ਤੇ ਮੈਂ ਸਾਰੇ ਹੁਣ ਨਵੇਂ ਲਵਾ ਲੇ ਆ ਤੇ ਨਾ ਹੀ ਮੇਰੀਆਂ ਦਾੜਾਂ 'ਚ ਹੁਣ ਬਦਾਂ ਫਸਦੇ ਆ ਚਲ ਠੀਕ ਆ ਭੈਣ ਮੈਂ ਬਾਅਦ 'ਚ ਫੋਨ ਕਰਾਂਗੀ ਤੈਨੂੰ ਆਲੋ ਮਮ ਜੀ ਰੋਟੀ ਸੁੱਕੀਆਂ ਰੋਟੀਆਂ ਨਹੀਂ ਤੈਨੂੰ ਨਹੀਂ ਪਤਾ ਮੈਂ ਦਾੰਦ ਲਵਾਏ ਆ ਮੈਨੂੰ ਕਿਉਂ ਲਾ ਕੇ ਰੋਟੀ ਦਿਆ ਕਰ ਮੰਮੀ ਜੀ ਤੂੰ ਇਗੜਾ ਮੈਨੂੰ ਰੋਟੀਆਂ ਤੇ ਕਿਉਂ ਲਾਉਣ ਵਾਸਤੇ ਕਿਹਾ ਹੀ ਨਾਲੇ ਇਸ ਉਮਰੇ ਨਾ ਰੋਟੀਆਂ ਤੇ ਕਿਉਂ ਲਾ ਲਾ ਕਣੀ ਸੁਗੋ ਹਲਕਾ ਫੁਲਕਾ ਖਾਣਾ ਖਾਣਾ ਚਾਹੀਦਾ ਵਾ ਜੇ ਤੂੰ ਮੇਰੀ ਬਹੁਤੀ ਫਿਕਰ ਨਾ ਕਰਿਆ ਕਰ ਮੇਰੀ ਰੋਟੀ ਕਿਉਂ ਲਾ ਕੇ ਹੋਣੀ ਚਾਹੀਦੀ ਆ ਠੀਕ ਹੈ ਮੰਮੀ ਜੀ ਕੱਲ ਤੋਂ ਮੈਂ ਤੁਹਾਡੀ ਰੋਟੀ ਕਿਉਂ ਲਾ ਕੇ ਲਾ ਦਿਆ ਕਰਾਂਗੀ ਨਾ ਹੁਣ ਕਿਹੜੀ ਕੱਲ ਦਾ ਰੋਲਾ ਪੈ ਗਿਆ ਫੇਰ ਵੇ ਰੋਲਾ ਕੀ ਪੈਣਾ ਆ ਮੈਂ ਇਹਨੂੰ ਕਿਹਾ ਮੈਨੂੰ ਰੋਟੀ ਕਿਉਂ ਲਾ ਕੇ ਦੇਆ ਕਰ ਮੇਰੇ ਨਵੇਂ ਦੰਦ ਲੱਗੇ ਆ ਕਿਰਨ ਤੈਨੂੰ ਜਿੱਦਾਂ ਮੰਮੀ ਕਹਿੰਦੇ ਆ ਨਾ ਤੂੰ ਉਦਾਂ ਹੀ ਕਰ ਲਿਆ ਕਰ ਠੀਕ ਹੈ ਜੀ ਵੇ ਕੰਨ ਆਵਤੋਂ ਡਰਦੀ ਕਿਦਾ ਠੀਕ ਐ ਠੀਕ ਐ ਕਰਦੀ ਆ ਇਹਨੂੰ ਪਤਾ ਹੁਣ ਮੈਂ ਜੇ ਨਵਦੇ ਸਾਹਮਣੇ ਕੁਝ ਬੋਲੀ ਨਾ ਤੇ ਮੈਨੂੰ ਨਾਵ ਨੇ ਕੁੱਟਣਾ ਵਾ ਇਹ ਵੀ ਕੁੱਟ ਖਾ ਕੇ ਹੀ ਸੂਤਰ ਆਉਂਦੀ ਆ ਨਹੀਂ ਤੇ ਇਹਦੀ ਹਵਾ ਉੱਚੀ ਹੋ ਜਾਂਦੀ ਆ ਪੋਨੀ ਤੇ ਇਦਾਂ ਕਰਕੇ ਰੱਖਦੀ ਆ ਜਿੱਦਾਂ ਮੈਡਮ ਲੱਗੀ ਹੋਵੇ ਅਨਪੜ੍ਹ ਜਾਈ ਨਾ ਹੋਵੇ ਤੇ ਵਾ ਮਮੀ ਜੀ ਰੋਟੀ ਖਾਣ ਲੱਗਿਆਂ ਤੇ ਤੁਹਾਡੇ ਦੰਦ ਦੁਖਦੇ ਆ ਤੇ ਬੋਲਣ ਲੱਗਿਆਂ ਜੀਬਾਨੀ ਦੁਖਦੀ ਕੜੀ ਪਾਲੇ ਨੂੰ ਵੀ ਰਾਮ ਕਰਨ ਦਿਆ ਕਰੋ ਪਤਾ ਨਹੀਂ ਤੁਸੀਂ ਕਿਉਂ ਇੰਨਾ ਬੋਲਦੇ ਜੀ ਚੱਲ ਜਾਰ ਸੋਈ ਜੀ ਜਾ ਕੇ ਕੰਮ ਕਰ ਲੈ ਕੋਈ ਇੱਥੇ ਖਲੋਤੀ ਕੀ ਮੇਰੇ ਵੱਲ ਵੇਖੀ ਜਾਣੀ ਐ ਕਦੇ ਬਿਨਾ ਦੱਸੇ ਤੋਂ ਵੀ ਕੰਮ ਕਰ ਲਿਆ ਕਰ ਕੋਈ ਮੰਮੀ ਕਦੀ ਤੇ ਚੁੱਪ ਕਰ ਜਾ ਕਰੋ ਕਿਉਂ ਸਾਰਾ ਦਿਨ ਐਵੇਂ ਬੋਲੀ ਜਾਂਦੇ ਰਹਿੰਦੇ ਹੋ ਹੁਣ ਪਤਾ ਨਾ ਨਵ ਘਰ ਹੈ ਨਹੀਂ ਆ ਤੇ ਵੇਖ ਕਿਦਾਂ ਬੋਲਦੀ ਆ ਜਦੋਂ ਘਰ ਹੁੰਦਾ ਫਿਰ ਤੇਰੀ ਜ਼ੁਬਾਨ ਨਹੀਂ ਖੁੱਲਦੀ ਮੰਮੀ ਤੁਸੀਂ ਵੀ ਉਦੋਂ ਆਡਾ ਲਾਉਂਦੇ ਹੋ ਜਦੋਂ ਨਵ ਘਰ ਨਹੀਂ ਹੁੰਦੇ ਨਾਲ ਜੋ ਤੁਸੀਂ ਚਲਾਕੀਆਂ ਕਰਦੇ ਹੋ ਨਾ ਮੈਨੂੰ ਸਭ ਪਤਾ ਵਾ ਨਾ ਮੈਂ ਆਖੀ ਚਲਾਕੀਆਂ ਕਰਦੀਆਂ ਨੇ ਮੰਮੀ ਜੀ ਤੁਹਾਨੂੰ ਵੀ ਪਤਾ ਵਾ ਕਿ ਮੈਂ ਤੁਹਾਨੂੰ ਰੋਟੀ ਜੜੀ ਆ ਦੇਸੀ ਕਿ ਹੁਣਾ ਚੋਪੜ ਕੇ ਦਿੰਨੀ ਆ ਤੇ ਤੁਸੀਂ ਫਿਰ ਹੱਥ ਲਾ ਲਾ ਕੇ ਵਿੰਦੇ ਹੋ ਨਹੀਂ ਐਨੀ ਔਖੀ ਨਾ ਹਾ ਤੂੰ ਮੈਂ ਆਪਣੀ ਰੋਟੀ ਆਪੇ ਲਾ ਲਿਆ ਕਰਾਂਗੀ ਆਉਣ ਦੇ ਨਵ ਨੂੰ ਘਰ ਫਿਰ ਉਹਦੇ ਸਾਹਮਣੇ ਬੋਲੀ ਫਿਰ ਵੇਖੀ ਤੇਰਾ ਨਵ ਕੀ ਹਾਲ ਕਰਦਾ ਵਾ ਮੰਮੀ ਤੁਸੀਂ ਕਿਉਂ ਮੇਰਾ ਜੀਨ ਆਰਾਮ ਕੀਤਾ ਵਾ ਤੁਹਾਨੂੰ ਚੰਗੀ ਭਲੀ ਪੱਕੀ ਪਕਾਈ ਰੋਟੀ ਮਿਲ ਜਾਂਦੀ ਆ ਟਾਈਮ ਸਰ ਚਾਹ ਪਾਣੀ ਮਿਲ ਜਾਂਦਾ ਵਾ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਵਾ ਐਵੇਂ ਬਿਨਾ ਗੱਲ ਤੋਂ ਕਲੇਸ਼ ਕਰੀ ਜਾਂਦੇ ਹੋ ਨਹੀਂ ਤੂੰ ਮੈਨੂੰ ਕਹਿੰਦੀ ਆ ਕਲੇਸ਼ ਨਾ ਕਰਿਆ ਕਰ ਤੂੰ ਬੜੀ ਭੋਲੀ ਐ ਕਿੱਡੀਆਂ ਚਲਾਕੀਆਂ ਕਰਦੀ ਆ ਮਿਸਣੀ ਨਾ ਹੋਵੇ ਤੇ ਮੰਮੀਏ ਸਭ ਚਲਾ ਕੇ ਆਂ ਤੇ ਮਿਸਨਾਪਨ ਤੁਸੀਂ ਕਰਦੇ ਹੋਗੇ ਮੈਨੂੰ ਤੁਸੀਂ ਐਦਾਂ ਨਾ ਕਹੋ ਨਹੀਂ ਤੇ ਮੈਂ ਵੀ ਤੁਹਾਨੂੰ ਕਹਿ ਸਕਦੀ ਆਂ ਨਹੀਂ ਤੋ ਕਹਿ ਤੇ ਦਿੱਤਾ ਆ ਹੋਰ ਬਾਕੀ ਪਿਛੇ ਕੀ ਰਹਿ ਗਿਆ ਵਾ ਆਉਣ ਦੇ ਨਵ ਨੂੰ ਘਰ ਅੱਜ ਫੇਰ ਵੇਖੀ ਤੇਰਾ ਕੀ ਬੰਦਾ ਵਾ ਕੀ ਬੰਦਾ ਮੇਰਾ ਕੋਟੀ ਪਵਾ ਦੋਗੇ ਨਾ ਇਹੀ ਕੰਮ ਹੈ ਤੁਹਾਡਾ ਨਹੀਂ ਉਹ ਗੱਲ ਨਾ ਸਮਝੀ ਕਿ ਇੱਕ ਚਪੇੜ ਮਾਰ ਕੇ ਹਟ ਜਾਊਗਾ ਤੂੰ ਆਪਣੇ ਲੱਕ ਤੇ ਲੰਗੋਟ ਬੰਨ ਲਾ ਜੇ ਮੈਂ ਤੇਰਾ ਲੱਕ ਨਾ ਨਾ ਤੜਾਤਾ ਤੇ ਮੇਰਾ ਤੂੰ ਨਾਂ ਬਦਲਦੀ ਅੱਜ ਤੂੰ ਵੇਖੀ ਵੀ ਤੇਰਾ ਬੰਦਾ ਕੀ ਆ ਤੂੰ ਵੀ ਯਾਦ ਰੱਖੇਂਗੀ ਮੇਰਾ ਪੰਗਾ ਕਿਦਣਾ ਪਿਆ ਵਾ ਜੇ ਤੂੰ 12 ਤਾਲੀ ਆ ਨਾ ਤੇ ਮੈਂ ਵੀ 13 ਤਾਲੀ ਆ ਕੀ ਕਰਾਂ ਯਾਰ ਮੰਮੀ ਤੇ ਕਿਰਨ ਨੇ ਬੜੀ ਜਾਨਦੁਖੀ ਕੀਤੀ ਆ ਪੈਲੀ ਚੋਂ ਥੱਕ ਹਾਰ ਕੇ ਘਰ ਜਾਈਦਾ ਆ ਤੇ ਅੱਗੇ ਉਹਨਾਂ ਦੋਵਾਂ ਦਾ ਡਰਾਮਾ ਸ਼ੁਰੂ ਹੋ ਜਾਂਦਾ ਆ ਪਤਾ ਨਹੀਂ ਕੀ ਦੁਸ਼ਮਣੀਆਂ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਲੜਦੀਆਂ ਰਹਿੰਦੀਆਂ ਆ ਹੁਣ ਜੇ ਮੈਂ ਕਿਰਨ ਦਾ ਸਾਥ ਦਿੰਨਾ ਕਿਰਨ ਦੀ ਮਾੜੀ-ਮੋਟੀ ਗੱਲ ਕਰ ਲਾਂ ਤੇ ਮੰਮੀ ਗੁੱਸੇ ਹੋ ਜਾਂਦੇ ਆ ਤੇ ਜੇ ਮੈਂ ਮਾੜੀ-ਮੋਟੀ ਮੰਮੀ ਦੀ ਗੱਲ ਕਰ ਦਿੰਨਾ ਤੇ ਕਿਰਨ ਗੁੱਸੇ ਹੋ ਜਾਂਦੀ ਆ ਮੈਂ ਤੇ ਨਾ ਦੋਨਾਂ ਦੇ ਵਿੱਚ ਫਸਿਆ ਪਿਆ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਇਹਨਾਂ ਦੋਵਾਂ ਦਾ ਹੱਲ ਸਾਰਾ ਦਿਨ ਇਹਨਾਂ ਦਾ ਘਰੋਂ ਕਲੇਸ਼ ਨਹੀਂ ਮੁੱਕਦਾ ਹੁਣ ਤੇ ਲੋਕੀ ਵੀ ਕੰਧਾਂ ਨਾਲ ਕੰਨ ਲਾ ਲਾ ਕੇ ਸੁਣਦੇ ਆ ਕਿ ਇਹਨਾਂ ਦੇ ਘਰ ਲੜਾਈ ਕਿਉਂ ਹੁੰਦੀ ਰਹਿੰਦੀ ਆ ਕੀ ਕਰਾਂ ਮਾਣਾ ਕੁਝ ਸਮਝ ਨਹੀਂ ਆਉਂਦਾ ਚੱਲ ਉੱਠ ਚੱਲੀਏ ਘਰ ਵੇਖਾਂ ਦਸਹੀ ਜਾ ਕੇ ਕਿਤੇ ਫੇਰ ਨਾ ਇਹਨਾਂ ਦੋਵਾਂ ਜਾਣੇ ਨੇ ਆਪਣੇ ਸਿੰਘ ਫਸਾਏ ਹੋਣ ਮੰਮੀ ਕਿ ਦਾੰਬੜੇ ਚੋਪਜੋ ਕੇ ਬੈਠੇ ਜੇ ਕੀ ਹੋਇਆ ਕੁਝ ਨਹੀਂ ਪੁੱਤ ਉਦਾਂ ਹੀ ਬੱਸ ਨਹੀਂ ਨਹੀਂ ਕੋਈ ਗੱਲ ਤੇ ਜ਼ਰੂਰ ਹੋਈ ਲੱਗਦੀ ਆ ਐਦਾਂ ਤੁਸੀਂ ਚੁੱਪ ਬੈਠਣ ਵਾਲੇ ਤੇ ਨਹੀਂ ਜੇ ਪੁੱਤ ਜੇ ਹੁਣ ਮੈਂ ਤੈਨੂੰ ਕੋਈ ਗੱਲ ਦੱਸੀ ਤੇ ਤੂੰ ਫੇਰ ਆਖਣਾ ਮੰਮੀ ਕਲੇਸ਼ ਕਰਦੀ ਆ ਕਿਉਂ ਮੰਮੀ ਹੁਣ ਕੀ ਹੋ ਗਿਆ ਪੁੱਤ ਹੋਣਾ ਕੀ ਆ ਮੈਂ ਇਹਨੂੰ ਆਖਿਆ ਮੈਨੂੰ ਰੋਟੀ ਤੇ ਕਿਉਂ ਲਾ ਕੇ ਦਿਆ ਕਰ ਆਂਦੀ ਹੁਣ ਤੂੰ ਪਰੌਂਠੇ ਭਾਲਣੀ ਐ ਬੁੜੀਆ ਹੁਣ ਤੈਨੂੰ ਬੁੱਢੇ ਵਾਰੇ ਪਰੌਂਠੇ ਨਹੀਂ ਮਿਲਣੇ ਨਾਵੇ ਪਤਾ ਨਹੀਂ ਕਿਦਾਂ ਦੀ ਆ ਮੇਰੇ ਨਾਲ ਤੇ ਬੁੜੀ ਤੋਂ ਬਿਨਾਂ ਗੱਲ ਨਹੀਂ ਕਰਦੀ ਇੱਕ ਤੇ ਨਾ ਕਿਰਨ ਨੇ ਮੇਰੇ ਬੜੀ ਜਾਨਦੋਕੀ ਕੀਤੀ ਆ ਹੁਣ ਇਹਦੀ ਜ਼ਬਾਨ ਵੀ ਦਿਨੋਂ ਦਿਨ ਵਧਦੀ ਜਾਂਦੀ ਆ ਜੇ ਇਹਨੂੰ ਕੰਟਰੋਲ ਨਾ ਕੀਤਾ ਗਿਆ ਤੇ ਇਹ ਕੰਮ ਹੋਰ ਖਰਾਬ ਹੋ ਜਾਣਾ ਆ ਮੈਨੂੰ ਹੁਣ ਗੱਲ ਕਿਸੇ ਪਾਸੇ ਲਾਉਣੀ ਪੈਣੀ ਆ ਕਿਰਨ ਇਧਰ ਆ ਗੱਲ ਸੁਣ ਮੇਰੀ ਮੈਂ ਬੁਲਾ ਤਾਂ ਨਾ ਆਵਾਂਗੇ ਪਰ ਜਿਹੜੇ ਹਿਸਾਬ ਨਾਲ ਨਾਮ ਨੇ ਇੰਨੇ ਗੁੱਸੇ ਵਿੱਚ ਮੈਨੂੰ ਆਵਾਜ਼ ਮਾਰੀ ਆ ਨਾ ਮੈਨੂੰ ਲੱਗਦਾ ਮਮੇ ਨੇ ਆਉਂਦੇ ਆ ਉਹਨਾਂ ਦੇ ਕੰਨ ਭਰਤੇ ਆ ਮੰਮੀ ਵੀ 24 ਘੰਟੇ ਮੇਰੇ ਪੇਸ਼ ਪੇ ਰਹਿੰਦੇ ਆ ਹੁਣ ਪਤਾ ਨਹੀਂ ਮੰਮੀ ਨੇ ਕਿਹੜੀ ਗੱਲ ਨਾਲ ਉਹਨੂੰ ਕਹਿਤੀ ਹੋਣੀ ਐ ਜਿਹੜੇ ਇਹਨੇ ਗੁੱਸੇ ਚ ਬੋਲਣ ਦੇ ਆ ਇਹ ਤੇ ਮੈਨੂੰ ਹਰ ਵੇਲੇ ਕੋਟ ਪਹੁੰਚ ਹੀ ਖੁਸ਼ ਰਹਿੰਦੇ ਆ ਚੱਲ ਮਣਾ ਬਾਹਰ ਜਾ ਕੇ ਨਵਦੀ ਗੱਲ ਸੁਣ ਲਾ ਜੇ ਤੂੰ ਨਾ ਗਈ ਨਾ ਨਾ ਮੈਂ ਫੇਰ ਤੇਰੇ ਦਿਵਾਲੇ ਹੋ ਜਾਣਾ ਵਾ